ਪੰਜਾਬ ਵਿਧਾਨ ਸਭਾ 'ਚ ਮੌਨਸੂਨ ਇਜਲਾਸ ਦਾ ਮੰਗਲਵਾਰ ਨੂੰ ਯਾਨੀ ਅੱਜ ਆਖਰੀ ਦਿਨ ਹੈ, ਜਿਸ ਕਾਰਨ ਵਿਰੋਧੀ ਧਿਰਾਂ ਵੱਲੋਂ ਇਜਲਾਸ ਦੀ ਸ਼ੁਰੂਆਤ 'ਚ ਹੀ ਕਾਂਗਰਸ ਨੂੰ ਵੱਖ ਵੱਖ ਮੁੱਦਿਆਂ 'ਤੇ ਘੇਰਿਆ ਗਿਆ। ਆਮ ਆਦਮੀ ਪਾਰਟੀ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ, ਤਾਂ ਦੂਜੇ ਪਾਸੇ ਅਕਾਲੀ ਦਲ ਨੇ ਬੇਅਦਬੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ। ਸੁਰੱਖਿਆ ਕਰਮੀਆਂ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ 15 ਮਿੰਟਾਂ ਤੱਕ ਗੇਟ 'ਤੇ ਹੀ ਰੋਕ ਕੇ ਰੱਖਿਆ। ਇਸ ਤੋਂ ਇਲਾਵਾ ਢੀਂਡਸਾ ਵੱਲੋਂ ਬੇਅਦਬੀ ਮਾਮਲਿਆਂ 'ਤੇ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਸੰਬੰਧੀ ਕੰਮ ਰੋਕੂ ਪ੍ਰਸਤਾਵ ਮਨਜ਼ੂਰ ਕਰਨ ਦੀ ਮੰਗ ਵੀ ਕੀਤੀ ਹੈ। ਜਿਹੜਾ ਤਾਂ ਛੋਟੀ ਕਾਂਗਰਸ ਹੈ ਆਪ ਉਹਨੂੰ ਤਾਂ ਤੁਸੀਂ ਜਾਣ ਦਿੱਤੇ ਕਈ ਚਲੇ ਗਏ ਉਹਨਾਂ ਦੇ ਅੰਦਰ, ਤੇ ਸਾਡੇ ਵੇਲੇ ਰੋਡੇ ਦਾ ਮੈਂ ਦੱਸ ਦਿੰਦਾ, ਕਬਰ ਸੰਧੂ ਦੇ ਅੰਦਰ ਲਿਖਿਆ ਕੀ ਗਲਤ ਹੈ? ਕਿਸੇ ਕਾਂਗਰਸ ਦੇ ਖਿਲਾਫ਼ ਕੋਈ ਅੱਖਰ ਲਿਖਿਆ? ਸੁਪਰੀਮ ਕੋਰਟ ਦੀ ਜਾਂਚ ਹੈ, ਤੁਸੀਂ ਜਾਂਚ ਸਾਨੂੰ ਲਿਖ ਕੇ ਦੇ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ MLA ਅੰਦਰ ਵਿਧਾਨ ਸਭਾ ਨਹੀਂ ਜਾ ਸਕਦੇ ਕਿਉਂਕਿ ਸਪੀਕਰ ਸਾਹਿਬ ਨੇ ਆਖਿਆ ਜਾਂ ਮੁੱਖ ਮੰਤਰੀ ਨੇ ਆਖਿਆ ਜਾਂ ਕਾਂਗਰਸ ਸਰਕਾਰ ਨੇ ਆਖਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਲੈ ਕੇ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੋਈ
ਇਸ ਤੋਂ ਬਾਅਦ ਕਾਰਵਾਈ ਸ਼ੁਰੂ ਹੁੰਦਿਆਂ ਹੀ ਆਮ ਆਦਮੀ ਪਾਰਟੀ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਔਰ ਸਪੀਕਰ ਦੇ ਮਤਰੇ ਰਵੱਈਏ ਦੇ ਅਗੇਂਸਟ ਜੋ ਨਸ਼ਿਆਂ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਪੰਜਾਬ ਦੇ ਵਿੱਚ, ਉਹਦੇ ਬਾਰੇ ਅਸੀਂ ਵਾਕਆਊਟ ਕੀਤਾ। ਕੱਲ੍ਹ ਅਸੀਂ ਖੁਦ ਆਪ ਇੱਕ ਕਾਲ ਅਟੈਂਸ਼ਨ ਮੋਸ਼ਨ ਦਿੱਤੀ ਸੀਗੀ, ਉਹ ਸਪੀਕਰ ਨੇ ਰਿਜੈਕਟ ਕਰ ਦਿੱਤੀ। ਉਸ ਤੋਂ ਬਾਅਦ 3:40 'ਤੇ ਮੈਂ ਖੁਦ ਆਪ ਸੈਕਟਰੀ ਮੈਡਮ ਨੂੰ ਔਰ ਸਪੀਕਰ ਨੂੰ ਮੈਂ ਐਡਜਰਨਮੈਂਟ, ਜਦਕਿ ਇਹ ਸਪੀਕਰ ਜਿਹੜੇ ਕਿ ਅੰਨੇ ਬੋਲੇ ਹੋ ਕੇ ਪੰਜਾਬ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਨੇ। ਆਹ ਮੇਰੇ ਕੋਲ ਰੂਲ ਬੁੱਕ ਹੈ, ਇਹਦੇ ਸੈਕਸ਼ਨ 13 ਨੂੰ ਜਦੋਂ ਪੜ੍ਹਦੇ ਹਾਂ, ਚੈਪਟਰ 13 ਨੂੰ, ਇਹਦੇ ਤਹਿਤ 14 ਕੰਡੀਸ਼ਨਸ ਕਿ ਮੈਟਰ ਜਿਹੜਾ ਉਹ ਪਬਲਿਕ ਇੰਪੋਰਟੈਂਸ ਦਾ ਹੋਣਾ ਚਾਹੀਦਾ, 2 ਘੰਟੇ ਤੋਂ ਪਹਿਲਾਂ ਦਿੱਤਾ ਜਾਣਾ ਚਾਹੀਦਾ। ਕੱਲ੍ਹ 3:40 'ਤੇ ਦੇਖਿਆ ਸੀ ਮੈਂ, ਮੈਮੋਰੈਂਡਮ ਨਾਲ ਅਟੈਚ ਹੋਣਾ ਚਾਹੀਦਾ, ਰੀਸੈਂਟ ਅਕਰੈਂਸ ਹੋਣੀ ਚਾਹੀਦੀ ਹੈ। ਪਰਸੋਂ ਇੱਕ ਲੜਕੀ ਦੀ ਡੈਥ ਹੋਈ, ਕੱਲ੍ਹ ਇੱਕ ਲੜਕੀ ਦੀ ਡੈਥ ਹੋਈ, ਜਿਹੜੀ ਰਿਸਪੋਂਸੀਬਿਲਿਟੀ ਉਹ ਸਰਕਾਰ ਦੀ ਹੋਣੀ ਚਾਹੀਦੀ ਹੈ, ਲੈਜਿਸਲੇਸ਼ਨ ਇਨਵੋਲਵ ਨਹੀਂ ਹੋਣੀ ਚਾਹੀਦੀ ਹੈਗੀ। ਇਸ ਤਰੀਕੇ ਦੇ ਨਾਲ 14 ਕੰਡੀਸ਼ਨਸ ਨੇ ਜਿਹੜੀਆਂ ਜੇ ਫੁਲਫਿਲ ਹੋਣ, ਜੇ ਪੂਰੀਆਂ ਹੋਣ ਤਾਂ ਸਪੀਕਰ ਰਿਜੈਕਟ ਨਹੀਂ ਕਰ ਸਕਦਾ ਹੈਗਾ। ਅਤੇ ਜਿਹੜਾ ਸਾਡਾ ਕਾਲ ਅਟੈਂਸ਼ਨ ਮੋਸ਼ਨ ਸੀਗਾ, ਉਹ 14 ਦੀਆਂ 14 ਕੰਡੀਸ਼ਨਾਂ ਉਹ ਪੂਰੀਆਂ ਕਰਦਾ, ਫੁਲਫਿਲ ਕਰਦਾ। ਪਰ ਸਪੀਕਰ, ਕਿਉਂਕਿ ਸਪੀਕਰ ਔਰ ਮੁੱਖ ਮੰਤਰੀ ਸਾਹਿਬ ਆਪ ਜਿਨ੍ਹਾਂ ਨੇ ਤਲਵੰਡੀ ਸਾਹਿਬ ਵੱਲ ਮੂੰਹ ਕਰਕੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀਗੀ, ਉਹਨਾਂ ਕੋਲ ਅੱਜ ਪੰਜਾਬ ਨੂੰ ਦਿਖਾਉਣ ਦੇ ਲਈ ਮੂੰਹ ਨਹੀਂ ਹੈ। ਉਹਨਾਂ ਨੇ ਝੂਠੀ ਸਹੁੰ ਖਾਧੀ ਸੀ, ਅੱਜ ਉਹਨਾਂ ਕੋਲ ਜਵਾਬ ਨਹੀਂ ਹੈ। ਸੋ ਇਸ ਕਰਕੇ ਬਿਨਾਂ ਕੋਈ ਰੀਜ਼ਨ ਦਿੱਤੇ, ਕਿਉਂਕਿ 14 ਦੀਆਂ 14 ਕੰਡੀਸ਼ਨਾਂ ਨੇ ਜਿਹੜੀਆਂ ਉਹ ਸਾਡਾ ਕਾਲ ਅਟੈਂਸ਼ਨ ਪੂਰਾ ਕਰਦੀ ਹੈ। ਇੱਕ ਬੜਾ ਬੇਕਾਰ ਨਿਕੰਮਾ ਰੱਦੀ ਜਿਹੜਾ ਇੱਕ ਰੀਜ਼ਨ ਦਿੱਤਾ, ਅਸਵੀਕਾਰ ਪਹਿਲਾਂ ਹੀ ਕਰ ਚੁੱਕੇ ਹਨ। ਇਹਦਾ ਕੀ ਮਤਲਬ ਹੋਇਆ? ਇਹ ਤਾਂ ਕਿਤੇ ਇਸ ਰੂਲ ਬੁੱਕ ਦੇ ਵਿੱਚ ਲਿਖਿਆ ਨਹੀਂ ਹੋਇਆ। ਪਰ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪਿਛਲੀ ਸਰਕਾਰ ਦੇ ਜਿਹੜੇ ਹੂ ਇਜ਼ ਹੂ ਸੀਗੇ, ਜਿਹੜੇ ਲੀਡਰ ਸੀਗੇ ਅਕਾਲੀ ਦਲ ਦੇ, ਇਹ ਚਾਚੇ ਭਤੀਜੇ ਦੀ ਗੇਮ ਹੈ ਜਿਹੜੀ ਇਹ ਲੰਮੇ ਸਮੇਂ ਤੋਂ ਚੱਲ ਰਹੀ ਹੈ। ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ 18-20 ਸਾਲ ਦੀ ਉਮਰ ਟੱਪਦੇ ਨਹੀਂ ਹੈਗੇ ਅਤੇ ਉਹ ਵਿਚਾਰੇ ਸਿਵਿਆਂ ਦੇ ਵਿੱਚ ਪਹੁੰਚ ਜਾਂਦੇ ਨੇ। ਪਰ ਇਹ ਅੰਨੀ ਬੋਲੀ ਪਹਿਲਾਂ ਪਿਛਲੀ ਸਰਕਾਰ ਅਤੇ ਹੁਣ ਇਹ ਸਰਕਾਰ, ਇਹ ਅੱਖਾਂ ਦੇ ਵਿੱਚ, ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਸੁੱਤੀ ਪਈ ਹੈ, ਜਿਹਦੇ ਅਗੇਂਸਟ ਅੱਜ ਅਸੀਂ ਵਾਕਆਊਟ ਕੀਤਾ। ਅਤੇ ਹੁਣ ਅਸੀਂ ਇਸ ਮੁਹਿੰਮ ਨੂੰ ਪੰਜਾਬ ਦੇ ਘਰ ਘਰ ਤੱਕ, ਹਰ ਗਲੀ ਗੁੱਚੇ ਤੱਕ ਲੈ ਕੇ ਜਾਵਾਂਗੇ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਦੱਸ ਦਈਏ ਕਿ ਵਿਧਾਨ ਸਭਾ 'ਚ ਸਿਫਰ ਕਾਲ ਦੌਰਾਨ ਬੇਅਦਬੀ ਮਾਮਲੇ 'ਚ CBI ਦੀ ਕਲੋਜ਼ਰ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਨੇ ਕਾਫੀ ਰੌਲਾ ਰੱਪਾ ਪਾਇਆ ਅਤੇ ਪਿਛਲੇ 5 ਦਿਨਾਂ ਵਿੱਚ ਵੀ ਸਦਨ ਵਿੱਚ ਕੋਈ ਵੀ ਕੰਮਕਾਜ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਹੁਣ ਆਖਰੀ ਦਿਨ ਤੇ ਲੋਕਾਂ ਦੀਆਂ ਉਮੀਦਾਂ ਟਿੱਕੀਆਂ ਸੀ, ਪਰ ਇਹ ਦਿਨ ਵੀ ਹੁਣ ਰੌਲੇ ਰੱਪਿਆਂ ਦੀ ਭੇਂਟ ਚੜ੍ਹਦਾ ਦਿਖਾਈ ਦੇ ਰਿਹਾ। ਬਿਊਰੋ ਰਿਪੋਰਟ, ਪੰਜਾਬੀ ਪੈਰਿਸ TV।